ਆਹੇ ਲੱਭ ਲੈ ਵੇ ਲੋ ਹਾਂਜੀ ਬਸ 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 ਆਹ ਵੇ ਲੋ ਕੱਚੇ ਖਲਾ ਆਹ ਲੋ पिछे पिछे सारे पिछे हाँ जी सर की नाम थोड़ा मेरा नाम जी जतिन कुमार गोताखोर है चरण जी इस जिहड़ा नौजवान लापता होया सीगा इन्नू 6-7 घंटे तो इहदी भाल कीती जांदी सी जद कि तुसीं सिर्फ 5-10 मिंटां च हाँ जी सर इदां ना किवें भाल कर ली सानू 8 बजे फोन आया सी चार साहब दा तो असीं फिर उत्थे 11-12 पहुंचे सी लुधियाणे तो हैगे सानू टाइम लग गया आंदे नहीं मतलब की कारण समझदे कि जिहड़े इत्थे लोकल जिहड़े लोक सीगे ਉਹ 6-7 ਘੰਟੇ ਤੋਂ ਦੀ ਤਲਾਸ਼ ਕਰ ਰਹੇ ਸੀਗੇ ਤੇ ਤੁਸੀਂ 7-8 ਮਿੰਟ ਲਾਏ ਸਾਡਾ ਜੀ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ ਅਸੀਂ ਆਹੀ ਕੰਮ ਕਰਦੇ ਹਾਂ ਗੋਤਾਖੋਰੀ ਪ੍ਰਾਈਵੇਟ ਕੰਮ ਆ ਸਾਡਾ ਸਾਡੀ ਟੀਮ ਨਾਲ ਅਸੀਂ ਜਿੱਥੇ ਵੀ ਬੰਦਾ ਡੁੱਬਦਾ ਅਸੀਂ ਉੱਥੇ ਜਾਂਦੇ ਹਾਂ ਜਤਿਨ ਕੁਮਾਰ ਨਾਮ ਦੇ ਸਾਡਾ ਪੇਜ ਵੀ ਬਣਿਆ ਹੋਇਆ ਫੇਸਬੁੱਕ ਤੇ ਸਾਨੂੰ ਫੋਨ ਆਉਂਦਾ ਫਿਰੋਜ਼ਪੁਰ ਹੋ ਗਿਆ ਹਰ ਇੱਕ ਜਗ੍ਹਾ ਜਾਂਦੇ ਆਪਣੀ ਟੀਮ ਲੈ ਜਿਸ ਜਗ੍ਹਾ ਤੇ ਉਹ ਨੌਜਵਾਨ ਗੁੰਮ ਹੋਇਆ ਸੀ ਉੱਥੇ ਜਗ੍ਹਾ ਤੋਂ ਮਿਲਿਆ ਕਿ ਅੱਗੇ ਉਸ ਤੋਂ ਜਿੱਥੇ ਬੰਦਾ ਡੁੱਬਦਾ ਹੁੰਦਾ ਉਸ ਤੋਂ 20-25 ਫੁੱਟ ਗਾਂ ਜਾ ਕੇ ਮਿਲਦਾ ਜੀ ਇਹ ਜਿੱਥੇ ਪਾਣੀ ਡੂੰਘਾ ਸੀ ਉੱਥੇ ਸੀਗਾ ਮਤਲਬ ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਜਿਹੜੀ ਇਹ ਕੋਸ਼ਿਸ਼ ਕੀਤੀ ਹੈ ਅਸੀਂ ਆਪਣੀ ਟੀਮ ਨਾਲ ਪੂਰਾ ਲੱਗ ਕੇ ਜਿਵੇਂ ਕਿ ਲਾਈਨ ਬਣਾ ਲੈਨੇ ਆ ਲਾਈਨ ਬਣਾ ਕੇ ਗੋਤਾ ਮਾਰਦੇ ਆ ਨਾ ਉਹ ਜਗ੍ਹਾ ਜਿਹੜੀ ਹੈ ਕਵਰ ਹੋ ਜਾਂਦੀ ਹੈ ਜਿੱਥੇ ਬੋਡੀ ਹੁੰਦਾ ਹੱਥ ਲੱਗਦਾ ਜਦੀ ਅਸੀਂ ਕੱਢ ਲੈ ਜੀ ਸਰ ਕੀ ਨਾਮ ਤੁਹਾਡਾ ਪੂਰਨ ਸਿੰਘ ਜੀ ਪੂਰਨ ਸਿੰਘ ਜੀ ਜਿਹੜਾ ਨੌਜਵਾਨ ਦਰਿਆ ਦੇ ਵਿੱਚ ਲਾਪਤਾ ਹੋ ਗਿਆ ਕੀ ਉਹਨਾਂ ਦਾ ਨਾਮ ਸੀ ਔਰ ਕਿੰਨੀ ਕੁ ਉਮਰ ਸੀਗੀ ਭਾਈ ਨਾਂ ਤਾਂ ਨਹੀਂ ਪਤਾ ਸੀ ਸਾਨੂੰ ਤੁਸੀਂ ਸੋਚ ਲਿਆ ਸੀਗਾ ਸਾਨੂੰ ਉੱਥੇ ਪਹੁੰਚ ਗਿਆ ਸੀ ਉੱਥੋਂ ਆਏ ਆ ਤਕਰੀਬ 7:30 ਵਜੇ ਦੀ ਗੱਲ ਆਏ ਤਾਂ ਸਵੇਰ ਦੀ ਲੱਭਣ ਦੀ ਭਾਲ ਚ ਕਰ ਲਏ ਆ ਪਰ ਨਹੀਂ ਹਾਲੇ ਤੱਕ ਲੱਭਾ ਨਹੀਂ ਪਾਣੀ ਤੇਜ਼ ਬਹੁਤ ਵਗ ਰਿਹਾ ਕਿੰਨੇ ਕੁ ਵਜੇ ਦੀ ਕੱਢਣਾ ਹੈ 7:30 ਵਜੇ 6:30 ਵਜੇ ਜੀ ਪ੍ਰੋਫੈਸ਼ਨਲ ਗੋਤਾਖੋਰ ਹੋ ਕਿ ਵੈਸੇ ਸੇਵਾ ਕਰ ਰਹੇ ਨਹੀਂ ਵੈਸੇ ਸੇਵਾਦਾਰ ਆ ਹਾਲੇ ਗੋਤਾਖੋਰ ਨਹੀਂ ਆਏ ਉਹਨਾਂ ਨੂੰ ਫੋਨ ਕੀਤਾ ਉਹ ਆ ਰਹੇ ਆ ਤੁਹਾਡੇ ਵੱਲੋਂ ਆਪਣੇ ਤੌਰ ਤੇ ਤਲਾਸ਼ ਆਪਣੇ ਤੌਰ ਤੇ ਹਾਂਜੀ ਤਲਾਸ਼ ਕਰਦੇ ਆ ਪਰ ਹਾਲੇ ਤੱਕ ਨਹੀਂ ਮਿਲਿਆ ਕਿਸੇ ਦੀ ਸਰਕਾਰ ਵੱਲੋਂ ਕੋਈ ਗੋਤਾਖੋਰ ਜਾਂ ਉਹ ਮੰਗਵਾਏ ਆ ਉਹ ਆ ਰਹੇ ਆ ਹਾਂਜੀ ਮੰਗਵਾਏ ਆ ਫੋਨ ਕੀਤਾ ਉਹ ਆ ਰਹੇ ਹਾਲੇ ਹਾਂਜੀ ਕਿੰਨੇ ਕੁ ਏਰੀਆ ਚ ਤੋਂ ਤਲਾਸ਼ਿਆ ਗਿਆ ਤੁਹਾਡੇ ਵੱਲੋਂ ਤਲਾਸ਼ਿਆ ਗਿਆ ਤਾਂ ਅਸੀਂ ਬਹੁਤ ਦੂਰ ਦੂਰ ਤੱਕ 2-2 ਕਿਲੋਮੀਟਰ ਤੱਕ ਫੋਲ ਆਏ ਆ ਪਰ ਉੱਧਰ ਨਹੀਂ ਹੈ ਇੱਥੇ ਗਿਆ ਇੱਥੇ ਪਾਣੀ ਜ਼ਿਆਦਾ ਤੇਜ਼ ਆ ਵੀ ਇੱਥੇ ਸਾਡੇ ਕੋਲ ਇੰਨੀ ਚੁੱਭੀ ਜ਼ਿਆਦਾ ਡੂੰਗੀ ਨਹੀਂ ਲੱਗਦੀ ਤਾਂ ਉਹ ਨਹੀਂ ਇੱਥੇ ਆ ਰਿਹਾ ਉਹ ਹੁਣ ਗੋਤਾਖੋਰ ਆਉਣਗੇ ਉਹ ਭਾਲ ਕਰਨਗੇ ਇੱਕ ਵਾਰ ਹਾਲੇ ਵੀ ਸਾਡੀ ਭਾਲ ਜਾਰੀ ਆ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਲੱਭ ਜਾਵੇ ਪਾਣੀ ਇੱਥੇ ਕਿੰਨਾ ਗਿਆ ਖੇਤਾਂ ਪਾਣੀ ਪਾਣੀ ਬਹੁਤ ਹੈ ਪਾਣੀ ਤਾਂ ਤਾਰੂ ਹੀ ਆ ਸਾਰਾ ਪਾਣੀ ਜਾਣ ਪੂਰਾ ਬੰਦਾ ਡੁੱਬ ਗਿਆ ਤਾਰੂ ਪਾਣੀ ਐ
तराक तुहाडा काफी तजर्बा हुंदा, तुसीं अक्सर ही मतलब तैरदे रहिंदे दरियावां दे विच। हांजी हांजी। ते मतलब लगदा वी जिहड़ी उह व्यक्ति जदों डिग पैंदा अगे वी जा सकदा कि उत्थे पिया हुंदा ਉਹ ਜੀ ਜਿੱਦਾਂ ਹੁਣ ਡੂੰਘਾ ਟੋਇਆ ਫਿਰ ਉੱਪਰ ਦੀ ਪਾਣੀ ਜ਼ਿਆਦਾ ਵਗ ਰਿਹਾ, ਜਿੱਦਾਂ ਚਾਹੇ ਫਿਰ ਹੋ ਗਿਆ ਚਾਹੇ ਕਿਤੇ ਗਾਂਹ ਚੱਲ ਗਿਆ। ਅਸੀਂ ਬਹੁਤ ਦੂਰ ਦੂਰ ਤੱਕ ਦੇਖਿਆ ਪਰ ਨਹੀਂ ਹਾਲੇ ਤੱਕ ਕਿਤੇ ਵੀ ਭਾਲ ਆਈ। ਸਰ ਬੜਾ ਦੁਖਦਾਈ ਵਕਤ ਆ ਜੀ, ਨੌਜਵਾਨ ਦੀ ਤੋਂ ਦਰਿਆ ਦੇ ਵਿੱਚ ਲਾਪਤਾ ਹੋ ਗਿਆ, ਇਹ ਜਿਹਾ ਹਮਦਰਦੀ ਪ੍ਰਗਟ ਕਰਨ ਆਏ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਅਸਲ 'ਚ ਜਿਹੜਾ ਭਾਣਾ ਆ, ਮੈਂ ਅੱਗੇ ਵੀ ਗੱਲ ਕਰਦਾ, ਦੇਖੋ ਕਿਸੇ ਦੇ ਹੱਥ ਵਸ ਨਹੀਂ ਗਾ। ਪਿੰਡ ਵਾਲਿਆਂ ਨਾਲ ਵੀ ਗੱਲ ਹੋਈ ਹੈ ਭਾਜੀ, ਵੀ ਸਵੇਰ ਦੇ ਸਾਰੇ ਲੱਗੇ ਆ, ਜੋ ਪ੍ਰਸ਼ਾਸਨ ਮਦਦ ਕਰ ਸਕਦਾ ਪ੍ਰਸ਼ਾਸਨ ਕਰ ਰਿਹਾ, ਅਸੀਂ ਆਪਣੇ ਪਰਸਨਲ ਤੌਰ 'ਤੇ ਜੋ ਕਰ ਸਕਦੇ ਉਹ ਕਰ ਰਹੇ ਹਾਂ। ਨਾਲ ਗੱਲ ਇਹ ਆ ਕਿ ਉਹ ਜਿਹੜਾ ਜੋ ਹੋਣਾ ਸੀਗਾ ਉਹ ਤਾਂ ਚਲੋ ਹੋ ਗਿਆ, ਨਾਲ ਹੁਣ ਕੋਸ਼ਿਸ਼ ਆ ਕਿ ਕਿਸੇ ਤਰੀਕੇ ਲੱਭਣ ਅਤੇ ਘਰਦਿਆਂ ਨੂੰ ਵੀ ਸ਼ਾਂਤੀ ਹੋਵੇ। ਨਾਲ ਇਹ ਕੋਸ਼ਿਸ਼ ਕਰਾਂਗੇ ਜਿਹੜਾ ਪਿੱਛੇ ਪਰਿਵਾਰ ਆ ਜਿਹੜੇ ਦੱਸਦੇ, ਉਹਨਾਂ ਦੇ 3 ਬੱਚੇ ਆ, 2 ਗੁੜੀਆ ਅਤੇ 1 ਬੇਟਾ ਆ, ਉਹਨਾਂ ਲਈ ਜੋ ਕੁਛ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ। ਮੈਂ ਭਾਜੀ ਹੁਣਾਂ ਨੂੰ ਵੀ ਕਿਹਾ ਕਿ ਉਹਨਾਂ ਦੀ ਡਿਟੇਲ ਜਿਹੜੇ ਉਹਨਾਂ ਦੇ ਮਿਸਿਜ਼ ਆ ਉਹ ਕਿੰਨੇ ਪੜ੍ਹੇ, ਜਿਸ ਤਰੀਕੇ ਨਾਲ ਜਿੱਥੇ ਵੀ ਹੱਲ ਹੁੰਦਾ ਹੋਇਆ ਪਰਸਨਲ ਤੌਰ 'ਤੇ, ਇਹ ਕੋਈ ਸਰਕਾਰੀ ਤੌਰ 'ਤੇ, ਕਿਉਂਕਿ ਮੈਂ ਕੋਈ ਸਰਕਾਰੀ ਤਾਂ ਹੈ ਨਹੀਂ ਗਾ ਜੀ, ਮੈਂ ਆਪ ਵਕੀਲ ਹਾਂ, ਬੇਟਾ ਜ਼ਰੂਰ ਹੈ ਹਲਕਾ ਇੰਚਾਰਜ ਦਾ, ਮੈਂ ਆਪਣੇ ਤੌਰ 'ਤੇ ਜੇ ਗੱਲ ਦਾ ਪਤਾ ਲੱਗਾ ਤਾਂ ਮੈਂ ਇੱਥੇ ਪਤਾ ਕਰਨ ਆਇਆ। ਹੁਣ ਇੱਥੇ ਵੀ ਗੱਲ ਕਰਦੇ ਹਾਂ ਆਪਾਂ ਸਾਰੇ ਆਪਣੇ ਤੌਰ 'ਤੇ, ਪਿੰਡ ਵਾਲੇ ਵੀ ਲੱਗੇ ਆ, ਅਤੇ ਪਿੱਛੋਂ SHO ਸਾਹਿਬ ਨੂੰ ਬੇਨਤੀ ਕੀਤੀ, SDM ਸਾਹਿਬ ਨਾਲ ਵੀ ਗੱਲ ਕੀਤੀ ਜਦੋਂ ਮੈਨੂੰ ਗੱਲ ਪਤਾ ਲੱਗਾ। ਗੋਤਾਖੋਰ ਜਿਹੜੇ ਆ ਉਹ ਆਪਣੇ ਇੱਥੋਂ ਲੋਕਲ ਤਾਂ ਹੈ ਨਹੀਂ, ਕਿਤੋਂ ਨਾ ਕਿਤੋਂ ਜਿੱਥੋਂ ਪੰਜਾਬ 'ਚੋਂ ਰੇਂਜ ਹੋਏ ਉੱਥੋਂ ਆ ਰਹੇ ਆ। ਹੁਣ ਦੇਖੋ ਲੱਭ ਜਾਣ ਤਾਂ ਬਹੁਤ ਚੰਗਾ ਹੋਊਗਾ ਜੀ। ਪਿੰਡ ਵਾਲਿਆਂ ਦਾ ਕਿਤੇ ਨਾ ਕਿਤੇ ਨਾਰਾਜ਼ਗੀ ਆ ਪਿੰਡ ਵਾਲਿਆਂ 'ਚ, ਵੀ ਸਰਕਾਰੀ ਜਿਹੜੀ ਸਹਾਇਤਾ ਤੁਰੰਤ ਨਹੀਂ ਪਹੁੰਚੀ। ਦੇਖੋ ਜੀ, ਅਸਲ 'ਚ ਗੱਲ ਇਹ ਆ, ਇਹ ਗੱਲ ਸਮਝਣ ਦੀ ਕੋਸ਼ਿਸ਼ ਆ ਕਿ ਇਕੱਲਾ ਇੱਥੇ ਨਹੀਂ, ਇਹ ਸਾਡਾ ਹਲਕਾ ਭਲੱਥ ਦੀ ਗੱਲ ਕਰਦਾ ਆ, ਲਗਾਤਾਰ ਬਿਆਸ ਦਰਿਆ ਦੇ ਨਾਲ ਲੱਗਦਾ, ਉੱਥੇ ਆਪਣੇ ਨੰਗਲ ਲਬਾਣੇ ਉੱਥੇ ਵੀ ਡੈਥ ਹੋ ਗਈ ਲਗਾਤਾਰ, ਕਿਉਂਕਿ ਗੱਲ ਅਸਲ 'ਚ ਦੇਖੋ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਨਾ ਕਿ ਹੁਣ ਇਹ ਟਾਈਮ ਜਿਹੜਾ ਆ, ਮੈਂ ਵੀ ਸਮਝ ਸਕਦਾ ਮੋਹ ਹੁੰਦਾ ਆ ਆਪਣੀਆਂ ਚੀਜ਼ਾਂ ਨਾਲ, ਘਰ ਛੱਡਣਾ ਔਖਾ ਆ, ਪਰ ਕਈ ਵਜੇਦੇ ਇਸ ਗੱਲ ਦੇ ਕਿ ਬਈ ਉਹ ਵਾਪਸ ਉੱਥੇ ਜਾਂਦੇ ਆ, ਤਾਂ ਉੱਥੇ ਵੀ ਇਹੀ ਅੱਧਾ ਪ੍ਰਸ਼ਾਸਨ ਦਾ ਜ਼ੋਰ ਇਸ ਚੀਜ਼ 'ਤੇ ਲੱਗਾ ਆ ਕਿ ਜਿਹੜੇ ਬਾਹਰ ਕੱਢ ਲਿਆ ਉਹ ਵਾਪਸ ਨਾ ਚੱਲ ਜਾਣ, ਇਸ ਚੀਜ਼ 'ਤੇ ਲੱਗੇ ਆ। ਹੁਣ ਗੱਲ ਸਮਝਣ ਦੀ ਸਿਰਫ ਇਹੀ ਆ ਕਿ ਹੁਣ ਜਿੱਦਾਂ ਇੱਥੇ ਸਾਰੇ ਖੜ੍ਹੇ ਆ, ਆਪਣੀ ਵੀ ਸਮਝ ਆ, ਪਰ ਨਾਲ ਦੀ ਨਾਲ ਇਹ ਵੀ ਸਮਝਦੇ ਆ ਕਿ ਬਈ ਮੋਹ ਤਾਂ ਹੁੰਦਾ ਆ ਆਪਣੇ ਜਾਨਵਰ ਨਾਲ ਵੀ ਹੁੰਦਾ ਆ, ਆਪਣੀਆਂ ਚੀਜ਼ਾਂ ਨਾਲ ਵੀ। ਹੁਣ ਦੱਸਦੇ ਜਿੱਦਾਂ ਉਹ ਰੇੜਾ ਚਲਾ ਕੇ ਆਪਣਾ ਟਾਈਮ ਬਤੀਤ ਕਰਦੇ ਸੀਗੇ, ਉਹਨਾਂ ਦੀ ਕਮਾਈ ਦਾ ਸਾਧਨ ਸੀ ਉਹਨਾਂ ਨੂੰ ਆਪਣੇ ਰੇੜੇ ਦਾ ਸੀਗਾ, ਉੱਥੇ ਉਹ ਦੇਖਣ ਗਏ ਅਤੇ ਚਲੋ ਉਹਨਾਂ ਨੇ ਵੀ ਨਹੀਂ ਸੋਚਿਆ ਸੀਗਾ ਕਿ ਇੱਦਾਂ ਹੋ ਜਾਣਾ। ਬਾਕੀ ਜਿਹੜੀ ਜਿਸ ਤਰੀਕੇ ਦੀ ਪਰਸਨਲ ਤੌਰ 'ਤੇ ਵੀ ਮਦਦ ਹੋ ਸਕਦੀ ਉਹ ਵੀ ਕਰਾਂਗੇ, ਸਰਕਾਰੀ ਤੌਰ 'ਤੇ ਵੀ ਜਿਹੜੀ ਹੋ ਸਕਦੀ ਉੱਥੇ ਉਹ ਜਿੰਨੀ ਹੋ ਸਕਦੀ ਜ਼ੋਰ ਲਾਵਾਂਗੇ ਜੀ। ਸ਼ੁਕਰੀਆ ਜੀ, ਥੈਂਕ ਯੂ। ਗੁਰਪਾਲ ਸਿੰਘ ਜੀ, ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਦਰਿਆ ਦੇ ਵਿੱਚ ਲਾਪਤਾ ਹੋ ਗਏ, ਉਹਨਾਂ ਦਾ ਕੀ ਨਾਂ ਔਰ ਕਿੰਨੀ ਕੁ ਉਮਰ ਸੀਗੀ, ਕਿਹੜਾ ਪਿੰਡ ਸੀਗਾ? ਉਮਰ ਤਾਂ 40 ਸਾਲ ਉਹਦੀ ਦੱਸਦੇ ਆ, ਤੇ ਨਾਂ ਉਹ ਤਾਂ ਹਰੀ ਆ, ਸਿੱਧਾ ਨਾਂ ਕੀ ਪਤਾ, ਹਰੀ ਸਿੱਧਾ ਨਾਂ ਉਹਦਾ, ਸਿੱਧੇ ਦਾ ਨਹੀਂ ਪਤਾ, ਉਹਦਾ ਹਰੀ ਹਰੀ ਕਹਿੰਦੇ ਉਹਨੂੰ, ਹਰਜੀਤ ਉਹਦਾ ਹਰੀ ਕਹਿੰਦੇ, ਸੁਨੇਖਾ ਨਾਂ ਉਹਦਾ ਜਿਹੜਾ। ਕੀ ਵਜ੍ਹਾ ਸੀਗੀ ਅੱਗੇ ਜਾਣ ਦੀ ਪਾਣੀ ਦੇ ਵਿੱਚ ਜਾਣ ਦੀ? ਉਹ ਵੀ ਇੱਦਾਂ ਉਹਦੀ ਜਾਇਦਾਦ ਸਾਰੀ ਮੰਡੇ ਅੱਗੇ ਅੰਦਰ ਆ, ਉਹ ਜਿੱਦਾਂ ਆਪਣਾ ਹੁਣ ਮਾਲ ਡੰਗਰ ਕੱਢ ਲਿਆ ਸਰ ਉੱਥੇ ਹੀ ਆ, ਉਹ ਦੇਖਣ ਦਾ ਕਰਕੇ ਕਿਹਾ ਵੀ ਤਾਂ ਝਾਤੀ ਮਾਰ ਕੇ ਪਾਣੀ ਖੋਸ ਰਿਹਾ, ਕਿੱਦਾਂ ਕਿੱਦਾਂ ਨਹੀਂ ਕੀ ਹੈਗਾ, ਕੀ ਨਹੀਂ ਪਾਣੀ 'ਚ ਵੜਿਆ, ਉਹ ਪੈਰ ਸਲੈਪ ਹੋਣ ਦੇ ਨਾਲ ਮਤਲਬ ਕਿ ਕਿੰਨਾ ਕੁ ਪਾਣੀ ਇੱਥੇ ਖੇਤਾਂ ਦੇ ਵਿੱਚ ਪਾਣੀ ਦੀ 15-15 ਫੁੱਟ ਦੇ ਲਾਗੇ ਛਾਗੇ ਹੈਗਾ। ਪ੍ਰਸ਼ਾਸਨ ਵੱਲੋਂ ਵਾਰ ਵਾਰ ਅਪੀਲ ਕੀਤੀ ਜਾਂਦੀ ਆ ਕਿ ਪਾਣੀ ਵਿੱਚ ਨਾ ਉਤਰੋ, ਇਹ ਉਤਰਨਾ ਬਿਲਕੁਲ ਗਲਤ ਗੱਲ ਆ ਜੀ। ਹੈ ਤਾਂ ਗਲਤ ਆ, ਪਰ ਜਦੋਂ ਹੁਣ ਕੋਈ ਟਾਈਮ ਆ ਗਿਆ ਇਹਨੂੰ ਆਪਾਂ ਕਹਿ ਨਹੀਂ ਸਕਦੇ ਕੁਛ, ਫਿਰ ਬੰਦੇ ਹੀ ਜਾਂਦੇ, ਫਿਰ ਰੋਕਦੇ ਬੰਦਾ ਵੀ ਉਸ ਮੌਕੇ 'ਤੇ ਕੋਈ ਨਹੀਂ ਸੀ। ਪਰਿਵਾਰ 'ਚ ਕੌਣ ਕੌਣ ਆ? ਪਰਿਵਾਰ 'ਚ ਉਹਦੇ ਮਾਂ ਪਿਓ, ਉਹਦੀ ਆਪਣੀ ਘਰ ਵਾਲੀ ਆ, ਦੋ ਬੇਟੀਆਂ ਵਾ, ਇੱਕ ਛੋਟਾ ਬੇਟਾ ਵਾ। ਜਦੋਂ ਇਹ ਘਟਨਾ ਵਾਪਰੀ ਆ, ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਜੀ? ਕੋਈ ਨੀ ਪਹੁੰਚਿਆ, 3-4 ਘੰਟਿਆਂ ਬਾਅਦ 2 ਮੁਲਾਜ਼ਮ ਇੱਥੇ ਆਏ ਆ। ਕੋਈ ਨੀਗਾ, ਕੋਈ ਸਰਪੰਚ ਨੀ, ਕੋਈ ਨੀ ਲੈਣਾ, ਪਿੰਡ ਦੇ ਮੁੰਡੇ ਆਪ ਹੀ ਲੱਗੇ ਹੋਏ ਆ, ਕੁਛ ਨੀਗਾ ਜੀ। ਕਿੰਨੇ ਵਜੇ ਦੀ ਘਟਨਾ ਵਾ? 7:45 ਦੇ ਲਾਗੇ ਛਾਗੇ, ਤਕਰੀਬਨ 5 ਘੰਟੇ ਵਾਪਰ ਬੀਤ ਗਏ ਆ, ਸਰਕਾਰੀ ਸਹਾਇਤਾ ਕੋਈ ਨੀ ਪਹੁੰਚੀ? ਕੋਈ ਨੀ, ਕੋਈ ਨੀ ਅਜੇ ਤੱਕ ਪਹੁੰਚਿਆ। ਕੀ ਮੰਗ ਕਰਦੇ ਆ? ਮੰਗ ਇਹੋ ਹੀ ਆ, ਪ੍ਰਸ਼ਾਸਨ ਭੇਜੀਏ ਉਹਨਾਂ ਨੂੰ, ਆਪਣੇ ਕੋਈ NDR ਦੀਆਂ ਟੀਮਾਂ ਹੋਣ, ਜਦੋਂ ਹੋਰ ਨਹੀਂ ਕੋਈ ਡੈਡ ਬਾਡੀ ਲੱਭੇ ਉਹਨਾਂ ਦੀ, ਫਿਰ ਆਪਣਾ ਕਰ ਲੈ ਇੰਤਜ਼ਾਮ ਕੋਈ ਨਾ ਕੋਈ। ਰਬਦਿਆਲ ਜੀ, ਜਿਹੜੇ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਆ,
ਕਿਹੜੇ ਪਿੰਡ ਦਾ ਸੀ, ਕੀ ਉਹਨਾਂ ਦਾ ਨਾਮ ਸੀਗਾ? ਉਹਦਾ ਨਾਂ ਹਰਜੀਤ ਸਿੰਘ ਸੀਗਾ, ਨਿੱਕਾ ਨੇ ਮੈਨੂੰ ਹਰੀ ਕਹਿੰਦੇ ਸੀਗੇ। ਉਹ ਜਾਣੀ ਕਿ ਆਪਣੇ ਇੱਥੇ ਪੈਲੀਆਂ ਉਹਦੀਆਂ ਮਾਂਡੇ ਦੇ ਵਿੱਚ ਆ, ਮਾਂਡੇ ਦੇ ਵਿੱਚ ਪੈਲੀਆਂ, ਧਾਲੀ ਵਾਲੇ ਬੇੜ ਦੇ ਵਿੱਚ ਉਹ ਜਾ ਰਿਹਾ ਸੀ। ਇੱਧਰ ਨੂੰ ਤਾਂ ਉਹਦਾ ਪੈਰ ਤਿਲਕ ਗਿਆ, ਪੈਰ ਤਿਲਕ ਨਾਲ ਉਹ ਇੱਥੇ ਪਾਣੀ ਦੇ ਵਹਾਅ ਦੇ ਵਿੱਚ ਪੈ ਗਿਆ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ ਘਟਨਾ ਹੈਗੀ 7:30 ਵਜੇ ਦੀ ਘਟਨਾ ਹੈ। ਕਿਹਨਾਂ ਲੋਕਾਂ ਨੂੰ ਤਲਾਸ਼ ਕੀਤੀ ਜਾ ਰਹੀ ਆ? ਸਰਕਾਰੀ ਮਦਦ ਦੀ ਤੁਹਾਡੇ ਕੋਲ ਪਹੁੰਚੀ ਆ? ਨਹੀਂ, ਸਰਕਾਰੀ ਹਲੇ ਮਦਦ ਕੋਈ ਨਹੀਂ ਪਹੁੰਚੀ ਸਾਡੇ ਕੋਲ। ਸਾਡੇ ਜਿੰਨੇ ਵੀ ਨੌਜਵਾਨ ਸਾਡੇ ਪਿੰਡ ਦੇ ਕੱਢ ਰਹੇ ਵਿੱਚ ਗਏ ਹੋਏ ਆ, ਉਹ ਵੇਖ ਲਓ ਕਿੱਥੇ ਤਾਈ ਆ, ਸਾਰੇ ਪਿੰਡ ਦੇ ਹੀ ਲੱਗੇ ਹੋਏ ਆ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ? ਨਹੀਂ, ਮੌਕੇ 'ਤੇ ਨਹੀਂ ਪਹੁੰਚਿਆ, 2 ਘੰਟਿਆਂ ਬਾਅਦ ਆਇਆ। ਕੀ ਮੰਗ ਕਰਦੇ ਆ ਤੁਸੀਂ? ਮੰਗ ਸਾਨੂੰ ਬੰਦਾ ਸਾਡਾ ਮਿਲ ਜਾਵੇ ਬਸ, ਸਹੂਲਤ ਨਹੀਂ ਮੰਗ ਕੋਈ ਵੀ। ਮੇਨ ਗੱਲ ਪਹਿਲਾਂ ਸਾਡਾ ਬੰਦਾ ਆ ਜਾਵੇ ਨਾ, ਸਾਡੇ ਇੱਥੇ ਮਿਲ ਜਾਵੇ ਸਾਨੂੰ। NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ? ਨਹੀਂ ਨਹੀਂ, NDRF ਦੀ ਕੋਈ ਵੀ ਟੀਮ ਸਾਡੇ ਕੋਲ ਨਹੀਂ ਆਈ। ਸਾਨੂੰ ਗੋਤਾਖੋਰ ਪੁਲਿਸ ਵਾਲੇ ਫੋਨ ਕੀਤਾ ਸੀਗਾ, ਉਹ ਸਾਨੂੰ ਕਹਿੰਦੇ ਅਸੀਂ ਤੁਹਾਡੇ ਕੋਲ ਪੈਸੇ ਲੈਣੇ ਫਿਰ ਆਉਣਾ, 20,000 ਰੁਪਈਆ ਉਹਨਾਂ ਨੇ ਗੱਲ ਕੀਤੀ ਆ, ਉਹ ਹੁਣ ਆ ਰਹੇ, ਵੇਖੋ ਹੁਣ ਕੀ ਕਰਦੇ ਆਣ ਕੇ। ਕੋਈ ਨਹੀਂ ਪਹੁੰਚਿਆ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਰਾਜਵਿੰਦਰ ਹੈ ਜੀ। ਤੇ ਜਿਹੜੇ ਨੌਜਵਾਨ ਪਾਣੀ 'ਚ ਲਾਪਤਾ ਹੋਏ ਤੁਹਾਡੇ ਪਿੰਡ ਦੇ ਆ ਜੀ? ਹਾਂਜੀ, ਸਾਡੇ ਘਰਾਂ 'ਚ। ਕਿੰਨੀ ਕੁ ਵਜੇ ਦੀ ਘਟਨਾ? ਇਹ 7:30 ਵਜੇ ਜੀ। ਤੇ ਕਿਵੇਂ ਵਾਪਰੀ ਇਹ ਘਟਨਾ ਜੀ? ਉਹ ਆਪਣੇ ਡੇਰੇ ਨੂੰ ਗਿਆ ਸੀਗਾ ਕਿਤੇ। ਹਾਂਜੀ, ਬਾਕੀ ਕੋਈ ਪ੍ਰਸ਼ਾਸਨ ਜਿਹੜੇ ਆਏ ਸੀ ਉਹ ਚੱਲ ਗਏ ਆ, ਬਾਕੀ NDRF ਆਏ ਉਹਨਾਂ ਨੂੰ ਚਾਹੀਦੇ ਸੀ ਮੁਕਾਉਣੇ, ਇਲਾਕੇ ਨੇ ਨਹੀਂ, ਇਹ ਸਾਡੇ ਪਿੰਡ ਦੇ ਬੰਦੇ ਆ, ਉਹਨਾਂ ਨੂੰ ਮੋਹਰੇ ਆਉਣਾ ਚਾਹੀਦਾ ਸੀ। ਉਹ ਮੁਕਾਉਂਦੇ ਆਪਣੀਆਂ ਟੀਮਾਂ, ਕਿ ਸਵੇਰ ਦਾ ਬੰਦਾ ਇੱਦਾਂ ਹੋਇਆ ਵਾ, ਚਲੋ ਫੋਨ ਵੀ ਕੀਤੇ ਆ ਕਿ ਨਹੀਂ ਕੋਈ ਨਹੀਂ ਆਇਆ ਮੋਹਰੇ ਹੋ ਕੇ। ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਆ? ਉਹਨਾਂ ਦੇ ਪਰਿਵਾਰ 'ਚ ਉਹਨਾਂ ਦਾ ਬਾਪ ਆ, ਮਾਈ ਆ, ਇੱਕ ਉਹਨਾਂ ਦੀ ਪਤਨੀ ਆ ਤੇ 3 ਬੱਚੇ ਆ। ਹਾਂਜੀ, 3 ਬੱਚੇ, ਉਹਨਾਂ ਦਾ ਹੋਰ ਕੋਈ ਨਹੀਂ ਆਇਆ, ਇੱਕੋ ਹੀਗਾ ਟਮਾਟਰ ਬੰਦਾ ਵਿਚਾਰਾ। ਹੋਏ ਇੱਥੇ ਘਟਨਾ ਸਥਾਨ ਤੇ ਹੈਗਾ ਪਰਿਵਾਰ ਮੌਜੂਦ? ਨਹੀਂ ਜੀ, ਉਹ ਚੱਲ ਗਏ ਆਪਣੇ ਘਰ। ਹਾਂਜੀ, ਅਸੀਂ ਦੁਬਾਰਾ ਉੱਥੇ ਹੋ ਕੇ ਆਏ ਆ, ਪਏ ਆ ਕਿ ਸਾਡੇ ਤੋਂ ਨਹੀਂ ਰਿਹਾ ਗਿਆ, ਤੇ ਅਸੀਂ ਦੇਖਣ ਆਏ ਆ ਕਿ ਸਾਡਾ ਬੰਦਾ ਮਿਲਿਆ ਨਹੀਂ। ਕਹਿੰਦੇ ਆ ਕਿ ਉੱਥੇ ਟੀਮਾਂ ਆਈਆਂ ਪਰ ਟੀਮ ਕੋਈ ਨਹੀਂ ਪਹੁੰਚੀ ਹੈਗੀ। ਜੇ ਇਸ ਟਾਈਮ ਨਹੀਂ ਕੋਈ ਪਹੁੰਚੂਗਾ, ਮੁੜ ਕੇ ਕਹਿੰਦੇ ਸਾਡੀ ਮਦਦ ਕਰਨੀ ਕਿਸੇ ਨੇ ਨਹੀਂ ਕਰਨੀ। ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ, ਉਹ ਵੀ ਨਹੀਂ, ਕੋਈ ਨਾ ਬੰਦਾ ਵਾ ਨਾ ਉਹਨਾਂ ਨੇ ਕੋਈ ਟੀਮ ਸੱਦੀ, ਜਾਂ ਤਾਂ ਫਿਰ ਟੀਮ ਸੱਦਦੇ ਕਢਾਉਂਦੇ ਬੰਦੇ ਨੂੰ। 12 ਵਜੇ ਲਾਰਾ ਲਾਈ ਜਾਂਦੇ, ਹਾਂ ਜੀ ਆਉਂਦੇ ਪਰ ਕੋਈ ਨਹੀਂ ਆਇਆ। ਸਾਡੀ ਤਾਂ ਇਹੀ ਮੰਗ ਸੀ ਵੀ ਚਲੋ ਆਉਂਦੇ, ਸਾਡਾ ਬੰਦਾ ਲੱਭ ਕੇ ਦਿੰਦੇ, ਸਾਡੀ ਹੋਰ ਕੋਈ ਮੰਗ ਨਹੀਂ। ਹਾਂ, ਡੋਬ ਦਿੱਤੇ, ਸਾਰੇ ਡੋਬ ਦਿੱਤਾ ਲੱਭ। ਹਲਕੇ ਦਾ ਕੋਈ ਆਗੂ, ਮੁਖਤਵਾਰ ਵਿਅਕਤੀ ਜਾਂ MLA ਸਾਹਿਬ ਮੌਕੇ ਤੇ? ਕੋਈ ਨਹੀਂ ਆਇਆ, ਸਰਪੰਚ ਦਾ ਵੀ ਪਤਾ ਨਹੀਂ ਕਿ ਸਰਪੰਚ ਵੀ ਆਇਆ ਕਿ ਨਹੀਂ ਆਇਆ ਮੌਕੇ ਤੇ, ਸਰਪੰਚ ਦਾ ਵੀ ਕੋਈ ਪਤਾ ਨਹੀਂ। ਜਦਕਿ ਅਜਿਹੀ ਦੁੱਖ ਦੀ ਘੜੀ 'ਚ ਸਾਰਿਆਂ ਦਾ ਫਰਜ਼ ਬਣਦਾ ਸੀਗਾ, ਸਾਥ ਦੇਣਾ ਚਾਹੀਦਾ। ਰਾਣ ਮੈਂ ਕਿ ਉਹਨਾਂ ਦਾ ਤਾਂ ਕੋਈ ਵੀ ਨਹੀਂ, ਆਹੀ ਚਿਰਾਗ ਸੀ ਉਹ ਵੀ ਬੁੱਝ ਗਿਆ। ਕਿੰਨਾ ਟਾਈਮ ਹੋ ਗਿਆ, ਕੋਈ ਆਸ ਲਾ ਸਕਦਾ ਕਿ ਉਹ ਹੋਊਗਾ ਵਿੱਚ? ਨਾ ਨਾ, ਕਦੀ ਵੀ ਨਹੀਂ। ਦੁੱਖ ਦੀ ਘੜੀ ਆ ਤੇ ਟੀਮ ਆਉਂਦੀ ਇੱਥੇ ਬਚਾਉਂਦੀ ਭਾਲ ਕਰਦੀ। ਕੋਈ ਪ੍ਰਸ਼ਾਸਨ ਦੇ ਬੰਦੇ ਆਏ ਸੀ ਉਹ ਚੱਲ ਗਏ, ਮੁੜ ਕੇ ਨਹੀਂ ਕੋਈ ਆਇਆ। ਇਹ ਕਹਿੰਦੇ ਹੋਰ ਕੁਛ ਨਹੀਂ, ਸਾਨੂੰ ਇਹੀ ਕਿ NDRF ਵਾਲੇ ਆਉਂਦੇ ਬੰਦੇ ਨੂੰ ਲੱਭਦੇ ਬਚਾਉਂਦੇ। ਹਾਂਜੀ ਹਾਂਜੀ, ਇੱਥੇ ਨਾ ਇੱਕ ਹਰਜੀਤ ਸਿੰਘ ਉਰਫ ਹਰੀ ਸਿੰਘ ਪੁੱਤਰ ਬਲਦੇਵ ਸਿੰਘ ਜੀ ਦੀ ਉਮਰ 40 ਸਾਲ ਆ, ਉਹ ਸਵੇਰੇ 7:00 ਵਜੇ ਆਪਣਾ ਉਹਦਾ ਖੂਹ ਅੱਗੇ ਮੰਡ ਦੇ ਵਿੱਚ ਅਤੇ ਖੂਹ ਉਹਨੂੰ ਜਾ ਰਿਹਾ ਸੀਗਾ, ਉਹਦਾ ਕਿਤੇ ਪੈਰ ਸਕਿੱਪ ਹੋ ਗਿਆ ਅਤੇ ਉਹ ਜਿਹੜਾ ਉਹ ਪਾਣੀ 'ਚ ਚਲ ਗਿਆ ਥੱਲੇ, ਅਤੇ ਅਜੇ ਤੱਕ ਉਹਦੀ ਜਿਹੜੀ ਡੈੱਡ ਬੋਡੀ ਨਹੀਂ ਮਿਲੀ। ਡੈੱਡ ਬੋਡੀ ਲੱਭਣ ਵਾਸਤੇ ਗੋਤਾਖੋਰ ਮੰਗਾਏ ਆ, ਅਤੇ ਲੱਭ ਜਾਂਦੀ ਫਿਰ ਦੇਖਦੇ ਕੀ ਬਣਦਾ ਜੀ। ਪ੍ਰਸ਼ਾਸਨ ਵਾਰ ਵਾਰ ਲੋਕਾਂ ਨੂੰ ਸਤਰਕ ਕਰ ਰਿਹਾ, ਇਸ ਦੇ ਬਾਵਜੂਦ ਵੀ ਲੋਕ ਉਲੰਘਣਾ ਕਰ ਰਹੇ ਆ। ਦੇਖੋ ਜੀ, ਅਸੀਂ ਤਾਂ ਹਰ ਤਕਰੀਬਨ ਇੱਥੇ 150-200 ਬੰਦਾ, ਹਰ ਬੰਦੇ ਨੂੰ ਅਸੀਂ ਕਹਿ ਰਹੇ ਹਾਂ ਕਿ ਪਾਣੀ 'ਚ ਨਾ ਜਾਓ, ਪਾਣੀ ਡੂੰਘਾ ਆ, ਪਾਣੀ ਦਾ ਵਹਾਅ ਤੇਜ਼ ਆ, ਅਤੇ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਆ, ਪਰ ਲੋਕ ਮਰਜ਼ੀ ਕਰਦੇ ਆਪਣੀ ਮੰਨਦੇ ਨਹੀਂ, ਅਤੇ ਇਸ ਕਰਕੇ ਪ੍ਰੋਬਲਮ ਆ ਗਈ। ਹਾਂਜੀ ਸਿੰਘ ਸਾਹਿਬ, ਕੀ ਨਾਮ ਤੁਹਾਡਾ? ਹਰਬਨ ਸਿੰਘ। ਹਰਬਨ ਸਿੰਘ ਜੀ, ਜਦੋਂ ਇਹ ਨੌਜਵਾਨ ਪਾਣੀ ਦੇ ਵਿੱਚ ਲਾਪਤਾ ਹੋਇਆ ਉਦੋਂ ਤੁਸੀਂ ਮੌਕੇ 'ਤੇ ਸੀਗੇ? ਮੌਕੇ 'ਤੇ ਐਵੇਂ, ਮੌਕੇ 'ਤੇ ਸੀ, ਉਹਦਾ ਤਾਇਆ ਵੀ ਮੌਕੇ 'ਤੇ, ਸਕਾ ਤਾਇਆ। ਕੀ ਵਜ੍ਹਾ ਰਹੀ ਉਹਦਾ ਪਾਣੀ ਦੇ ਵਿੱਚ ਉਤਰਨ ਦੀ? ਪਾਣੀ ਦੇ ਉਤਰਨ ਦੀ ਵਜ੍ਹਾ ਇਹ ਹੋਈ ਵੀ ਉਹ ਖੂਹ ਆ ਉਹਨਾਂ ਦਾ, ਉਹ ਅੱਗੇ ਨਿਕਲ ਰੱਖੋ, ਖੂਹ ਆ ਅੱਗੇ, ਖੂਹ ਦੇਖਣ 'ਤੇ ਉੱਥੇ ਸਾਡਾ ਕਿਹੜਾ ਗੱਡਾ ਗੁੱਡਾ ਵੱਧਾ ਹੋਇਆ ਉਹ ਦੇਖਣ ਜਾਣਾ, ਰੋਡ ਵਾਲੇ ਨਾਲ ਗਿਆ ਹੋਵੇ ਤਾਂ ਹੈਗਾ।
सानू भी कहिंदा आओ चलिए कहिंदा भी अजे नहीं जाना अं शाम नूं वेखांगे कहिंदा है मैं लंघ जाना पर हुण की लंघना हुण ही लंघाउण डई हुण तुहानूं अंदाजा नहीं सीगा पाणी डूंघा हो सकदा पाणी उहदे जिथों तक गया वा एडा एडा आया इत्थों तक पाणी सी उहदे ते ताए उहदे ने आवाजां मारियां हरी मुड़िया वापस आ जा जदों मुड़न लगा उहदे पैर निकल के रोड़े पै गए ਮਤਲਬ ਕਿੰਨੀ ਕੁ ਦੂਰ ਅੱਗੇ ਗਿਆ ਸੀਗਾ ਇੱਥੇ ਲੱਗੇ ਗਿਆ ਸੀ ਬਾਲੀ ਦੂਰ ਨਹੀਂ ਗਿਆ ਵਿੱਚ ਪਾਣੀ ਮਤਲਬ ਉੱਥੇ ਉਹਦੇ ਇੰਨਾ ਇੰਨਾ ਆਇਆ ਹੈ ਬਗਲਾ ਤੋਂ ਥੱਲੇ ਥੱਲੇ ਹੈ ਮਤਲਬ ਲੱਖ ਲੱਖ ਪਾਣੀ ਜੀ ਲੱਖ ਲੱਖ ਤੋਂ ਥੋੜਾ ਤਾਂ ਹੋਊ ਲੱਖ ਲੱਖ ਹੋ ਇੰਨਾ ਪਾਣੀ ਚਲੋ ਕਾਫੀ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਹੋਣੀ ਕੋਸ਼ਿਸ਼ ਬਥੇਰੀ ਕੀਤੀ ਹੁਣ ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਤਰਨ ਜਾਣਦਾ ਸੀ ਨਹੀਂ ਜਾਣਦਾ ਤੇ ਜਦੋਂ 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 ਬਾਅਦ ਚ ਵੀ ਸਾਨੂੰ ਤੇ ਇਹ ਭੁਲੇਖਾ ਰਿਹਾ ਵੀ ਖਾਨੀ ਉੱਧਰ ਰੋੜੇ ਪੈ ਗਿਆ ਵਾ ਤੇ ਚੰਬੀਆਂ ਚੰਬੀਆਂ ਲਾਉਂਦਾ सारे पिंड फोन पान को आता पिंड से अलॉसमेंट करती अगे एक खूह उधर नठे भी गांह निकल गया हो जाके दसिया उदम मुल्क कठा हो गया तकरीबन साढ़े सात तलाश की जा रही है ये मतलब इलाके के लोग है सरकारी मुलाजम कोई नहीं गा ये साढ़े अपने को धारी वाल बेटते कुछ पंडालों के आ कुछ पारों भलोज लेते ये तिना चौं पिंड बंदे जिदा जिदा किसी का तरन जानता कोई चुंबी लाने जानता वह लभ रहे असी भी इस मौके से इन्ना तरन नहीं जानते ने अं छाल मार के फड़न की कोशिश करते पर नहीं अं सा हया नहीं पाया ਮੈਂ